ਅੱਛਾ ਵੀਰ, ਤਾਂ ਗਰਮੀ ਅਖੀਰ ਦੀ ਨੇ, ਯਕੀਨ ਅੱਲਾ ਤੇ ਮੰਨ ਜਾਓ ਅੱਜ, ਤੇ ਆਪ ਦੀ ਹਿਫਾਜ਼ਤੀ ਇਕਦਾਮਾਤ ਜ਼ਰੂਰ ਕਰੋ, ਬਾਰ ਬਾਰ ਨਹਾਓ, ਨਹਾਉਣ ਤੋਂ ਬਾਅਦ ਜਨਾਬ ਕੇ ਅੱਲਾ ਕੋਸ਼ਿਸ਼ ਕਰੋ ਕਿ ਦਰਖਤਾਂ ਦੇ ਪਓ ਜਾਂ ਕਮਰੇ ਦੇ ਅੰਦਰ ਪਓ, ਤੇ ਇਹ ਹਾਲਾਤ ਮੇਰੇ ਵੇਖਣ ਨੇ। ਅਸਲਾਮ ਅਲੈਕੁਮ ਵੀਰ, ਮੈਂ ਹਾਂ ਮੁਹੰਮਦ ਅਸਗਰ ਤਰੇਲੇ, ਤੁਸੀਂ ਮੇਰੇ ਪਿਓ ਮੇਰਾ ਯੂਟਿਊਬ ਚੈਨਲ ਪੰਜਾਬੀ ਭਾਈ ਪੀ ਕੇ, ਅੱਜ ਦਾ ਵਲੌਗ ਇੱਥੇ ਤਾਂ ਸ਼ੁਰੂ ਕਰਦੇ ਹਾਂ। ਪਾਣੀ ਲਾਈ ਵਾ, ਮੈਂ ਕਿਹਾ ਥੋੜ੍ਹਾ ਵੀਰਾਂ ਨੂੰ ਪਾਣੀ ਵੀ ਖਾਈਏ, ਬਾਕੀ ਕੀ ਹੋ ਜੀ ਤਬੀਅਤ ਤੁਹਾਡੀ, ਸਿਹਤ ਨਹੀਂ ਆ, ਮਿਜ਼ਾਜ ਠੀਕ ਹਨ? ਜਿਹੜੇ ਵੀਰਾ ਮੇਰੇ ਜਿਹੜਾ ਨਾ ਅੱਲਾ ਪਾਕ ਬੇਰੁਜ਼ਗਾਰ ਹਨ, ਅੱਲਾ ਪਾਕ ਉਹਨਾਂ ਨੂੰ ਅੱਛਾ ਜਿਹਾ ਰੁਜ਼ਗਾਰ ਦੇਵੇ, ਜਿਹੜੇ ਰਿਜ਼ਕੀ ਬਣੇ ਤੋਂ ਪਰੇਸ਼ਾਨ ਹਨ, ਅੱਲਾ ਪਾਕ ਉਹਨਾਂ ਦੀ ਰਿਜ਼ਕੀ 'ਚ ਬਰਕਤ ਪਾਵੇ, ਜਿਹੜੇ ਬੇ ਔਲਾਦ ਹਨ, ਅੱਲਾ ਦੀ ਰਾਤ ਉਹਨਾਂ ਨੂੰ ਔਲਾਦ ਦੇ। ਅਤੇ ਮੈਂ ਇੱਥੇ ਥਾਂ ਜਹਾਂ ਲਾਈ ਵਾ, ਨਵੀਂ ਵਰਾਇਟੀ ਲਾਈ ਆ ਇੱਕ 1847, ਅਤੇ ਹੁਣ ਇਹ ਹਾਂ ਵੇਚੂ, ਅੱਲਾ ਖੈਰ ਕਰੇ ਤਾਂ ਤੁਹਾਨੂੰ ਵੀ ਖਾਈ ਦੋਨੇ ਆ, ਅਤੇ ਤੁਸੀਂ ਸਾਡੇ ਨਾਲ ਰਹੇ, ਅੱਜ ਦਾ ਵਲੌਗ ਇਨਸ਼ਾਅੱਲਾ ਮੁਕੰਮਲ ਤੁਸੀਂ ਦੇਖਣਾ, ਸਕਿਪ ਨਹੀਂ ਕਰਨਾ। ਤਾਂ ਵੀਰਾਂ ਇਹ ਆ ਚੈੱਕ ਕਰੋ, ਪਾਣੀ ਖਾਲਾ ਮੈਂ ਇਹਨੂੰ ਲਾਈ, ਪਾਣੀ ਲਾਉਣ ਤੋਂ ਬਾਅਦ ਇਹ ਹੁਣ ਫੁੱਲ ਭਰੀਂ ਦਾ, ਫਿਰ ਅੱਲਾ ਖੈਰ ਕਰ, ਭਰੀ ਹੋਣ ਤੋਂ ਬਾਅਦ ਮੁੜੇ ਇਨਸ਼ਾਅੱਲਾ ਇਹਨੂੰ ਅੱਠਾ ਦਾ ਦਿਆਂ ਤਾਂ ਅਜੇ ਸਵੇਰ ਛੋੜਨਾ, ਅੱਜ ਇਹਨੂੰ ਖਾ ਦੀ ਸੱਟੀ ਆ ਡਰਾਮ ਪੀਆ ਸਾਵਾਂ, ਡਰਾਮ ਦੇ ਵਿੱਚ ਇਹਨੂੰ ਜਨਾਬ ਕੇ ਅੱਲਾ ਯੂਰੀਆ ਦਿੱਤਾ, ਅਤੇ ਨਾਲ ਇੱਕ ਥਰਾਪੀ ਜਿਹੀ ਹੁੰਦੀ ਉਹ ਦਿੱਤੀ ਹੈ 1847 ਵਰਾਇਟੀ ਦੀ, ਇਨਸ਼ਾਅੱਲਾ ਅਸਾਂ ਸੇਲ ਕਰਦੇ ਹੋਣੀ, ਕਿਸੇ ਵੀਰਾਂ ਨੂੰ ਜ਼ਰੂਰਤ ਹੋਵੇ ਇਸ ਵਰਾਇਟੀ ਦੀ ਤਾਂ ਅਸਾਂ ਸੇਲ ਕਰ ਸਾਂ, ਇੰਤਹਾਈ ਮੁਨਾਸਿਬ ਰੇਟ ਸੀ ਸਾਡਾ, ਤੁਹਾਨੂੰ ਪਸੰਦ ਹੀ ਅਸੀਂ ਘਾਟਾ ਬੀਜਾ ਮਾਸ਼ਾਅੱਲਾ। 12 ਪਿਆ ਚੱਲਦਾ ਮਾਸ਼ਾਅੱਲਾ, ਆਏ ਅੱਗੇ 12 ਆਏ ਸਾਡਾ ਖਰਾਬ, ਉਹ ਕਰਾਂਟ ਆਏ ਨਾ ਕਿ ਗਰੀਪਰ ਜਿਹੜਾ ਹੁੰਦਾ ਨਾ ਬ੍ਰੇਕਰ, ਉਹ ਗਿਆ ਸੜ, ਤਾਂ ਇਨਸ਼ਾਅੱਲਾ ਮੈਂ ਜਿਹੜਾ ਨਾ ਬਹਿੰਦਾ ਪਿਆ 12 'ਤੇ, ਨਮਦੇ ਨਾਵਣ ਤੋਂ ਬਾਅਦ ਜਨਾਬ ਕਰੋ ਤੁਹਾਨੂੰ ਵਿਖਾਈਦੇ ਹਾਂ। ਵੀ ਤਾਂ ਮੈਂ ਲੰਬਾ ਪਿਆ ਹੁਣ, ਇੱਦਾਂ ਤਜਰਬਾ ਮੈਨੂੰ ਕੋਈ ਨਹੀਂ, ਮੇਰਾ ਜਿਹੜਾ ਨਾ ਕਿ ਮੋਬਾਈਲ ਨਾ ਬਾਅਦ ਜਾਵੇ ਸਿਰ 'ਚ, ਅਤੇ ਬਾਕੀ ਨਾ ਤਾਂ ਅਗਲਾ ਮਿਲਾ ਕੇ ਅੱਗਾ ਸ਼ੁਰੂ ਕਰਨਾ ਇਨਸ਼ਾਅੱਲਾ, ਕਿਉਂਕਿ ਇੱਥੇ ਬਿਲਾ ਨਾਮ ਲੈ ਤਾਂ ਆ ਜਾਵੇ ਸਾਡੇ ਕੋਲ। ਅੱਛਾ ਨਾ ਸ਼ਾਹ ਮੈਂ ਲਿਆ ਅਲਹਮਦੁਲਿਲਾ, ਮੌਸਮ ਬਹੁਤ ਗਰਮੀ ਦਾ ਸਾਡੇ ਕੋਲ, ਮੌਸਮ ਜਿਹੜਾ ਨਾ ਬਹੁਤ ਜ਼ਿਆਦਾ ਗਰਮੀ, ਅੱਲਾ ਮਾਫੀ ਦੇ ਹਾਬਾ ਸੇ ਪਈ, ਅਤੇ ਸਾਨੂੰ ਚਾਹੀਦਾ ਬਈ ਅਸਾਂ ਦਰਖਤ ਲਾਈਏ, ਦਰਖਤ ਲਾਉਣ ਤੋਂ ਬਾਅਦ ਇਹਨਾਂ ਦੀ ਹਿਫਾਜ਼ਤ ਕਰੀਏ, ਤਾਂ ਹੀ ਕੋਈ ਸਕੂਨ, ਨਹੀਂ ਤਾਂ ਸਕੂਨ ਕੋਈ ਨੇ। ਅੱਜ ਤਕਰੀਬਨ ਮੈਂ ਯਕੀਨ ਮੰਨ ਜਾਓ 5-6ਵੀਂ ਦਫਾ ਜਿਹੜਾ ਨਾ ਮੈਂ ਨਾਤੀ ਖਲੋਤਾ ਹਾਂ, 5-6ਵੀਂ ਦਫਾ, ਅਤੇ ਮਲੂਮ ਹੀ ਨਹੀਂ ਆਉਂਦਾ ਤੇ ਉਸ ਟਾਈਮ ਮੋੜ ਜਿਹੜਾ ਨਾ ਨਾਵਾਂ ਪਾਉਂਦਾ। ਤਾਂ ਬਾਕੀ ਅਲਹਮਦੁਲਿਲਾ ਅੱਲਾ ਪਾਕ ਦਾ ਸ਼ੁਕਰ ਹੈ ਯਾਰ, ਅਲਹਮਦੁਲਿਲਾ ਸਾਡੇ ਦੋਸਤਾਂ ਵੀਰਾਂ ਦੀ ਮੁਹੱਬਤ ਜਿਹੜੇ ਮੈਨੂੰ ਸਪੋਰਟ ਕਰਨ ਦਿਓ, ਮੈਨੂੰ ਕਹਿੰਦੇ ਹੋ, ਅਤੇ ਤਿੱਲੀ ਸਾਡੀ ਹੁਣ ਪਈ ਪੱਕਦੀ ਹੈ ਇਨਸ਼ਾਅੱਲਾ, ਇਹ ਇਨਸ਼ਾਅੱਲਾ ਥੋੜ੍ਹੇ ਦਿਨਾਂ ਬਾਅਦ ਤਿਆਰ ਹੈ, ਇਹ ਕਮਾਨ ਖਲੋਤਾ ਅਤੇ ਇਹ ਸੜਕ ਜਾਂਦੀ ਪਈ ਬੜੀ VIP ਸਾਡੇ ਬੰਨਾ, ਵੇਖੋ ਨਾ ਤਾਂ ਮੱਝੀ ਲਈਆਂ ਮੈਂ ਛੋੜ, ਟਾਈਮ ਹੋ ਗਿਆ 4:30 ਦਾ, 4:30 ਵਜੇ ਤਕਰੀਬਨ ਮੈਂ 4 ਵਜੇ ਮੱਝੀ ਛੋੜੀਆਂ, ਥੋਪੂਆ ਪਸੀਨਾ ਪਸੀਨੀ ਰੱਖਣਾ, ਅਤੇ ਇਨਸ਼ਾਅੱਲਾ 5 ਵਜੇ ਇਹਨਾਂ ਨੂੰ ਮਨੇਸਾਂ, 5 ਵਜੇ ਬੰਨ ਅਤੇ ਮੁੜੇ ਇਹਨਾਂ ਨੂੰ ਟੁੱਕ ਕਰਦੇ ਸਾਂ, ਟੁੱਕ ਖਤਮ ਤੋਂ ਬਾਅਦ ਮੁੜ ਅੱਗਾਂ ਵੇਖੋ ਕੀ ਕੰਮ ਬਣਦਾ ਕੀ ਨਹੀਂ ਬਣਦਾ। ਅਤੇ ਇਹ ਗਾਂ ਮੇਰੀ ਬਣੂ ਲਿੱਸੀ ਹੋਈ ਵਧੀਆ, ਇਹ ਸਿਰਫ ਜੁਆਰ ਹੁੰਦੀ ਅੱਜ ਕੱਲ੍ਹ, ਬਹੁ ਕੁਰਾੜੀ ਅਤੇ ਖਾਂਦੀਆਂ ਨਾਲ ਮੈਂ ਹੈ ਜਿੱਥੇ ਚਰਾਂ ਉਹਨਾਂ ਨੂੰ ਛੋੜੀਆਂ ਨਹੀਂ, ਇੱਥੇ ਹੁਣ ਆਏ ਪੈਣ ਮੇਰੇ ਮਾਸ਼ਾਅੱਲਾ ਪੱਠੇ ਹਨ, ਮੈਂ ਉਤਰਨੇ ਥੋੜ੍ਹੇ ਟਾਈਮ ਤਾਂ ਮੈਂ ਉਤਰਤਨਾ, ਤਾਂ ਮੁੜ ਇਨਸ਼ਾਅੱਲਾ ਇਹਨਾਂ ਨੂੰ ਦੱਸਾਂ ਮਾਲਾਂ ਨੂੰ, ਤਾਂ ਮੁੜ ਆਪਾਂ ਵਿਹਲੇ ਹਾਂ, ਪੱਠੇ ਲੈਣ ਕੁੱਤਰ ਕੁੱਤਰ ਦਰਨ ਮਾਸ਼ਾਅੱਲਾ ਘੱਤ, ਮੱਝੀ ਖਾਂਦੀ ਖਾਤੀ ਅੱਗੇ ਚਰਦੀਆਂ ਵਧਦੀਆਂ ਤੁਹਾਡੇ ਸਾਹਮਣੇ, ਮੱਝੀ ਭਰੀਆਂ ਹੁਣ ਚਰਦੀਆਂ ਨਾਲ ਮੁਰਗੀ ਵਧੀ ਹੈ। ਅੱਛਾ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਵਿਲਾਗ ਹੈ ਪਿਆ, ਜਿਹੜਾ ਮੈਂ ਵਿਲਾਗ ਦੀ ਸ਼ਕਲ ਬਣਾਈ, ਤਾਂ ਨਹੀਂ ਤਾਂ ਅੱਗੇ ਮੈਂ ਇਸ ਤਰ੍ਹਾਂ ਕਦੀ ਨਹੀਂ ਵਿਲਾਗ ਬਣਾਇਆ, ਬਹਿ ਕੇ ਥਾਰ ਖਲੋ ਅਤੇ ਜਨਾ ਬਣਾ, ਅਤੇ ਅੱਜ ਮੈਂ ਕਹਿੰਦਾ ਜਿਵੇਂ ਵਿਲਾਗ ਅਸਲ ਹੁੰਦਾ ਨਾ ਉਸ ਤਰ੍ਹਾਂ ਵਿਲਾਗ ਬਣਾਉਣਾ, ਅਤੇ ਅਲਹਮਦੁਲਿਲਾ ਹੁਣ ਨਾਸ਼ ਆ ਅਤੇ ਮੈਂ ਲੈ ਫਰੈਸ਼ ਫਰੈਸ਼ ਹੋਣ ਤੋਂ ਬਾਅਦ ਇਹ ਅਬਦੁਲ ਹਨਾਨ ਸਦੀਕੀ ਦੀ ਤਕਰੀਰ,
ਕਿੱਥੇ ਤਰਖਾਣੇ ਦੇ ਵਿੱਚ, ਉੱਥੇ ਮੈਂ ਜਾਂਦਾ ਪਿਆ ਇਨਸ਼ਾਲਾ ਅਬਦੁਲ ਹਨਾਨ ਸਦੀਕੀ ਦੀ ਤਕਰੀਰ ਸੁਣ ਸਾਂ, ਤਕਰੀਰ ਸੁਣ ਅਤੇ ਮੈਂ ਰਾਤ ਹੀ ਘੜੇ ਵਿਹਲੇ ਸਨ ਸਾਂ ਇਨਸ਼ਾਲਾ। ਯਾਰ ਗਰਮੀ ਯਾਰ ਕਿਹੜਾ ਹਾਲ ਕੀਤੀ ਬੈਠੀ ਹੈ, ਤੀਨ ਅੱਲਾ ਤੋਂ ਮੰਨ ਜਾਓ ਕਿਹੜਾ ਨਾ, ਆਹ ਪੋਜੀਸ਼ਨ ਮੇਰੀ ਵੀ ਬੈਠੀ ਹੋਈ ਤੀ। ਇਹ ਆਪਣਾ ਇੱਕ ਫੈਨ ਮਿਲ ਗਿਆ ਸਾਨੂੰ ਤੇ ਇਹਨੂੰ ਅਸੀਂ ਸਲਾਮ ਵੀ ਦੇਣੇ ਆ, ਕੀ ਹਾਲ ਹੈ ਬਾਬੂ, ਖੈਰੀਅਤ ਤਬੀਅਤ ਸਿਹਤ ਨੀਅਤ ਮਿਜ਼ਾਜ ਠੀਕ ਹੈ? ਅੱਛਾ ਤੇ ਕੀ ਕਰਿਆ ਦਾ ਇੱਥੇ ਟਰੈਕਟਰ ਲੈ ਜਾ? ਅੱਛਾ ਇਹ ਦਾ ਵਿਵਰ ਤਾਂ ਮਾਸ਼ਾਅੱਲਾ ਬੜਾ ਟਰੈਕਟਰ ਬੜੇ ਅੱਛੀ ਕੁਆਲਿਟੀ ਦਾ ਟਰੈਕਟਰ ਹੈ ਪਿਆ, ਹਾਲ ਵਗੈਰਾ ਵੀ ਅਗਰ ਕਿਸੇ ਦੋਸਤ ਵਾਮਣੇ ਹੋਣ ਤਾਂ ਉਹਨੂੰ ਜਿਹੜਾ ਨਾ ਬੜਾ ਚਾਚੇ ਹੋਰੀ ਹੋਏ ਕਰੋ ਤੈਨੂੰ ਗੁੱਸਾ। ਅੱਛਾ ਤੇ ਰੇਟ ਸ਼ੇਟ ਅੱਜ ਕੱਲ੍ਹ ਕੀ ਲਈ ਵਾ ਦਿਵਾਲਾਂ ਦਾ? 2000 ਰੁਪਇਆ ਤੇ ਰੂਟਰ ਦਾ? ਰੂਟਰ ਦਾ 4000। ਚਲੋ ਬੜੀ ਮਿਹਰਬਾਨੀ, ਤੁਸੀਂ ਕੀਮਤੀ ਟਾਈਮ ਦਿੱਤਾ ਤੇ ਤੁਸੀਂ ਦੱਸਿਆ ਤੇ ਚਾਚੇ ਖਲੋਤੇ ਰਮਜ਼ਾਨ ਕੀ ਹਾਲ ਹਨ, ਖੈਰੀਅਤ ਤਬੀਅਤ ਸਿਹਤ ਬਿਹਤਰੀਨ? ਤਾਂ ਚਲੋ ਠੀਕ ਹੋ ਗਿਆ ਫਿਰ, ਇਨਸ਼ਾਲਾ ਅਸੀਂ ਜਾਂਦੇ ਹਾਂ, ਇੱਥੇ ਜਾਂਦੇ ਪਏ ਤਕਰੀਬ ਤੇ ਇਨਸ਼ਾਲਾ। ਜਨਾਬ ਸ਼ਾਮ ਹੁੰਦੀ ਪਈ ਤੇ ਹਰ ਕੋਈ ਆਰਾਮ ਕਰ ਰਿਹਾ ਲਈ ਉਸ ਜਗ੍ਹਾ ਤੇ ਮੈਂ ਪਹੁੰਚਿਆ ਮਾਸ਼ਾਅੱਲਾ। ਇਹ ਤੰਬੂ ਵਗੈਰਾ ਹੈ ਲੈਂਦੇ ਕੱਤੀ, ਆ ਚੈੱਕ ਕਰੋ, ਇੱਥੇ ਅੱਜ ਮਿਲਾਦ ਹੋ ਸੀ ਇਨਸ਼ਾਲਾ, ਆਵਾਮ ਹੀ ਆਵਾਮ ਹੋ ਸੀ। ਅੱਛਾ ਇਹ ਮੇਰੇ ਪਿੱਛੋਂ ਮਾਸ਼ਾਅੱਲਾ ਇਹ ਤੰਬੂ ਸਿਰ ਨੂੰ ਲੱਗੇ ਖਲੋਤੇ ਲੱਗਦੇ ਪੈਣ ਹੁਣ ਇਨਸ਼ਾਅੱਲਾ। ਰਾਤ ਨੂੰ ਬਿਆਨ ਠੀਕ 7 ਵਜੇ ਜਾਂ 8 ਵਜੇ ਤਕਰੀਬਨ ਸ਼ੁਰੂ ਹੋਈ ਸੀ, ਤਾਂ ਅਬਦੁਲ ਹਨਾਨ ਸਦੀਕੀ ਸਾਹਿਬ ਦਾ ਬਿਆਨ ਸੀ ਇਨਸ਼ਾਅੱਲਾ, ਮਜ਼ਾ ਸੀ ਸੁਨਸਾਨ ਵੀ ਵਰਤਾਂ ਦੇ ਪਿਆ ਲਾਂਦਾ। ਅਸਾਂ ਮੈਂ ਪਹੁੰਚਿਆ ਦਰਖਾਣ ਅਤੇ ਇੱਥੋਂ ਹੀ ਕਰਿਆ ਨਾ ਵਿਲਾਗ ਦਾ ਐਂਡ ਇਨਸ਼ਾਅੱਲਾ ਜਿਹੜਾ ਨਾ ਦਰਸਾਂ ਅਗਲੇ ਵਿਲਾਗ ਦੇ ਨਾਲ, ਅੱਜ ਇਹਨੂੰ ਮੈਂ ਟੋਟਲ ਦਿੱਤੀ ਹੈ ਵਿਲਾਗ ਦੀ ਸ਼ਕਲ। ਅਗਰ ਵਿਲਾਗ ਆ ਜਾਵੇ ਪਸੰਦ ਤਾਂ ਮੇਰੇ ਵਿਲਾਗ ਨੂੰ ਲਾਈਕ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹਾਂ ਬਾਈ ਮਿੱਠੋ, ਕੀ ਹਾਲ ਹੈ? ਖੈਰੀਅਤ ਤਬੀਅਤ ਸਿਹਤ? ਹੋਰ ਭਾਈ ਸਾਹਿਬ ਕਿਤੇ ਹੋਰ ਖੈਰ? ਮੇਰੇ ਕੀ ਹੋ ਰਿਹਾ ਅੱਜ ਕੱਲ੍ਹ? ਕੁਛ ਨਹੀਂ ਫਿਲਹਾਲ ਤਾਂ ਭਾਂਜ ਲਾ ਰਿਹਾ ਪੈਸਾ ਤੇ ਵੱਡਣੀ। ਚਲੋ ਮਾਸ, ਚਲੋ ਠੀਕ ਹੋ ਗਿਆ ਸੰਗਤ, ਇਨਸ਼ਾਅੱਲਾ ਮਿਲਣੇ ਅਗਲੇ ਵਿਲਾਗ ਨਾਲ। ਬਹੁਤ ਸ਼ੁਕਰੀਆ, ਸਲਾਮਤ ਰਹੋ।